ਹੁਣ ਦੇਖਦੇ ਹਾਂ ਜੀ ਆਪਾਂ ਚਾਰ ਤੁੱਕੇ ਛੰਦ। ਸਭ ਤੋਂ ਪਹਿਲਾਂ ਚੌਪਈ। ਚੌਪਈ ਦੀਆਂ 15 ਮਾਤਰਾ ਹੁੰਦੀਆਂ, 8 + 7। ਜਿਸ ਦੇ ਦਿਲ 'ਤੇ ਵੱਜਣ ਤੀਰ ਉਹੀ ਜਾਣੇ ਅਸਲੀ ਪੀੜ। ਇਸ ਤਰੀਕੇ ਨਾਲ ਚਾਰ ਲਾਈਨਾਂ ਆਉਣੀਆਂ ਅਤੇ ਉਹਨੂੰ ਚੌਪਈ ਕਹਿੰਦੇ ਆ। ਅਤੇ ਇੱਕ 16 ਮਾਤਰਾ ਦਾ ਛੰਦ ਹੁੰਦਾ ਅੜੇਲ, ਉਹਨੂੰ ਰੂਪ ਚੌਪਈ ਵੀ ਕਹਿ ਦਿੰਦੇ ਆ। ਅਤੇ ਜਿਹੜੀ ਤੁਲਸੀਦਾਸ ਦੀ ਰਮਾਇਣ ਆ ਉਹ ਸਾਰੀ ਰੂਪ ਚੌਪਈ ਦੇ ਵਿੱਚ, ਯਾਨੀ ਕਿ 16 ਮਾਤਰਾ ਦੀ ਚੌਪਈ ਦੇ ਵਿੱਚ ਆ। ਪਰ ਜਿਹੜਾ ਅੜੇਲ ਆ ਵੈਸੇ ਉਹਦਾ ਐਂਡ ਭਗਣ ਚਾਹੀਦਾ, ਯਾਨੀ ਕਿ ਭਗਣ ਹੁੰਦਾ ਹੈਗਾ ਆ ਗੁਰੂ ਅਤੇ 2 ਲਘੂ, ਯਾਨੀ ਕਿ ਕਾਰਜ ਖਾਰਜ ਸੂਰਤ ਮੂਰਤ ਆਵਣ ਜਾਵਣ ਸਾਵਣ, ਇਸ ਤਰੀਕੇ ਦੇ ਅੱਖਰ ਚਾਹੀਦੇ ਆ। ਪਰ ਇਹ ਉੱਦਾਂ ਯਾਨੀ ਕਿ ਪੰਜਾਬੀ ਦੇ ਵਿੱਚ 2 ਗੁਰੂਆਂ ਵਾਲਾ ਵੀ ਮਿਲਦਾ, ਬਹੁਤ ਤਰ੍ਹਾਂ ਦੀਆਂ ਉਦਾਹਰਣਾਂ ਇਹਦੀਆਂ ਮਿਲਦੀਆਂ। ਜੇ ਯਾਨੀ ਕਿ 16 ਮਾਤਰਾ ਦੀ ਚੌਂ ਚੌਂ ਦੀ ਟੁਕੜੀ ਹੋਵੇ ਤਾਂ ਉਹਨੂੰ ਆਪਾਂ ਰੂਪ ਚੌਪਈ ਜਾਂ ਅੜੇਲ ਵੀ ਕਹਿ ਸਕਦੇ ਹਾਂ। ਉਹਦੀ ਆਪਾਂ ਇੱਕ ਉਦਾਹਰਣ ਦੇਖਦੇ ਹਾਂ। ਜਿੱਦਾਂ ਆਪਾਂ ਚੌਪਈ ਦੇ ਵਿੱਚ ਕਿਹਾ, ਜਿਸ ਦੇ ਦਿਲ 'ਤੇ ਵੱਜਣ ਤੀਰ ਉਹੀ ਜਾਣੇ ਅਸਲੀ ਪੀੜ। ਇਹਦੇ ਆਖਰੀ ਜਿਹੜਾ ਦੂਜਾ ਇਹਦਾ ਹਿੱਸਾ ਆ ਉਹਦੇ ਵਿੱਚ 1 ਮਾਤਰਾ ਵੱਧ ਜਾਣੀ ਆ। ਜਿਸ ਦੇ ਦਿਲ 'ਤੇ ਚੱਲਣ ਆਰੇ ਉਹੀ ਜਾਣੇ ਪੀੜ ਪਿਆਰੇ, ਇਹ ਇੰਨਾ ਬਣ ਜਾਣਾ। ਅਤੇ ਇਹਨੂੰ ਕਹਿੰਦੇ ਆ ਰੂਪ ਚੌਪਈ। ਅਗਲਾ ਛੰਦ ਹੈ ਜੀ ਹੰਸ ਗਤੀ। ਹੰਸ ਗਤੀ ਦੇ ਵਿੱਚ 20 ਮਾਤਰਾਵਾਂ ਹੁੰਦੀਆਂ ਅਤੇ ਇਹਦਾ ਅਸਲੀ ਰੂਪ ਹੁੰਦਾ ਹੈਗਾ 5 + 5 + 5 + 5। ਇਸ ਤਰੀਕੇ ਨਾਲ ਇਹਦੇ ਵਿੱਚ ਵਿਸ਼ਰਾਮ ਆਉਣੇ ਚਾਹੀਦੇ ਆ। ਪਰ ਪੰਜਾਬੀ ਦੇ ਵਿੱਚ 11 ਮਾਤਰਾ 'ਤੇ ਵਿਸ਼ਰਾਮ ਵੀ ਮਿਲਦਾ, ਯਾਨੀ ਕਿ 11 + 9 20 ਵੀ ਹੁੰਦੇ ਆ। ਜਿਸ ਤਰੀਕੇ ਨਾਲ ਇਹ ਉਦਾਹਰਣ ਦੇਖੋ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਇਹਦੇ ਵਿੱਚ ਜਿਸ ਤਰੀਕੇ ਨਾਲ 11 ਉੱਤੇ ਵਿਸ਼ਰਾਮ ਆਇਆ ਅਤੇ ਉਹ ਤੋਂ ਬਾਅਦ ਫਿਰ 9 ਮਾਤਰਾ ਦੇ ਨਾਲ ਇਹ ਹੰਸ ਗਤੀ ਛੰਦ ਬਣਦਾ। ਅਤੇ ਹੰਸ ਗਤੀ ਦੀਆਂ 20 ਮਾਤਰਾਵਾਂ ਅਤੇ ਜੇ 1 ਮਾਤਰਾ ਹੋਰ ਵਧਾ ਦਈਏ ਤਾਂ ਬਣ ਜਾਂਦਾ ਸਿਰਖੰਡੀ ਛੰਦ। ਸਿਰਖੰਡੀ ਦੇ ਵਿੱਚ 21 ਮਾਤਰਾਵਾਂ ਹੁੰਦੀਆਂ ਅਤੇ 12 ਮਾਤਰਾ 'ਤੇ ਵਿਸ਼ਰਾਮ ਹੁੰਦਾ, ਉਹ 12 + 9 ਬਣਨਾ। ਉਹਦੀ ਇੱਕ ਉਦਾਹਰਣ ਦੇਖੋ, ਜੁੱਟੇ ਵੀਰ ਜੁਝਾਰੇ ਧਗਾਂ ਵੱਜੀਆਂ, ਵੱਜੇ ਨਾਦ ਕਰਾਰੇ ਦਲਾਂ ਮਸ਼ਾਦਾ, ਲੁੱਜੇ ਕਾਰਨ ਆਰੇ ਸੰਗਰ ਸੂਰਮੇ, ਉੱਠੇ ਜਾਣ ਡਰਾਰੇ ਘਨੀਅਰ ਕੈਬਰੀ। ਇਹਦਾ ਜਿਹੜਾ ਤੁਕਾਂਤ ਆ ਉਹ ਵਿਚਕਾਰ ਰਲਦਾ ਹੁੰਦਾ ਜਾਂ ਇਹਦੇ ਵਿੱਚ ਤੁਕਾਂਤ ਕਦੇ ਮਿਲਦਾ ਨਹੀਂ ਹੁੰਦਾ। ਅਤੇ ਇਹਨੂੰ ਜੋਸ਼ ਵਾਲੀ ਕਵਿਤਾ ਲਈ ਬਹੁਤ ਵਰਤਿਆ ਜਾਂਦਾ। ਇਹ ਹੈ ਜੀ ਸਿਰਖੰਡੀ ਛੰਦ 21 ਮਾਤਰਾ ਦਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 23 ਮਾਤਰਾ ਦਾ ਛੰਦ ਪੌੜੀ। ਪੌੜੀ ਦੇ ਵਿੱਚ ਜਿਹੜੀਆਂ 23 ਮਾਤਰਾ ਨੇ ਉਹ 13 + 10 ਇਸ ਤਰੀਕੇ ਨਾਲ ਬਣਦੀਆਂ ਅਤੇ ਇਹਦੇ ਖੀਰ ਦੇ ਵਿੱਚ 2 ਗੁਰੂ ਚਾਹੀਦੇ ਆ। ਅਤੇ 13 + 10 23 ਅਤੇ 2 ਗੁਰੂ। ਅਤੇ ਉਦਾਹਰਣ, ਪਹਿਨੇ ਚਿੱਟੇ ਕੱਪੜੇ ਸਾਦਕ ਅਖਵਾਏ, ਹੱਕ ਬਗਾਨਾ ਖਾਂਦਿਆਂ ਨਾ ਫਿਰ ਸ਼ਰਮਾਏ। ਪਹਿਨੇ ਚਿੱਟੇ ਕੱਪੜੇ ਸਾਦਕ ਅਖਵਾਏ, ਹੱਕ ਬਗਾਨਾ ਖਾਂਦਿਆਂ ਨਾ ਫਿਰ ਸ਼ਰਮਾਏ। ਇਸ ਤਰੀਕੇ ਨਾਲ ਇਹ ਪੌੜੀ ਬਣ ਜਾਂਦਾ। ਇਸ ਤੋਂ ਅਗਲਾ ਛੰਦ ਆਪਾਂ ਦੇਖਦੇ ਹਾਂ ਝੋਕ। ਜਿਹੜਾ ਝੋਕ ਹੈ ਉਹ ਵੀ ਪੌੜੀ ਵਾਂਗ ਹੀ 23 ਮਾਤਰਾ ਦਾ ਛੰਦ ਆ, ਪਰ ਉਹਦੇ ਵਿੱਚ 12 + 11 ਨਾਲ ਆਪਣੇ 23 ਮਾਤਰਾ ਬਣਦੇ ਆ। ਅਤੇ ਪਰ ਉਹਦੇ ਨਾਲ ਤੁਸੀਂ ਦੇਖਣਾ ਕਿ ਉਹਦਾ ਜਿਹੜਾ ਬਿਲਕੁਲ ਫਲੋ ਆ ਉਹ ਬਿਲਕੁਲ ਹੋਰ ਹੋ ਜਾਂਦਾ। ਪ੍ਰੋਫੈਸਰ ਜੋਗਿੰਦਰ ਸਿੰਘ ਹੁਣਾਂ ਨੇ ਇੱਕ ਉਦਾਹਰਣ ਦਿੱਤੀ ਆ, ਪਹਿਲਾ ਸੁਧਾਰ ਮੱਥਾ 12 ਬਣਾਵੋ ਜੀ, ਫਿਰ 11 ਉਸਦੇ ਨਾਲ ਟਕਾਵੋ ਜੀ, ਛੰਦ ਅਨਿਜਮੀ ਨਾਲੇ ਨਿਜਮੀ ਕਹਾਵੇ ਜੀ, ਵਿੱਚ ਸੰਗੀਤ ਨਾਲੇ ਬਾਜੇ ਦੇ ਗਾਵੇ ਜੀ,
ਝੋਕ ਮੇਰੇ ਸਤਿਗੁਰ ਵਾਲੀ। ਇਸ ਤਰੀਕੇ ਨਾਲ ਚੱਲਦਾ ਇੱਕ ਬਹੁਤ ਮਸ਼ਹੂਰ ਆ 26 ਮਾਤਰਾ ਦੀ ਝੋਕ, ਝੋਕ ਮੇਰੇ ਵੀਰਨ ਵਾਲੀ, ਝੋਕ ਮੇਰੇ ਮਾਹੀ ਵਾਲੀ। ਵਗਦੀ ਹੈ ਬੇਈ ਗਿਰਦੇ, ਸਾਵਾ ਹੈ ਡੀਲਾ ਵੇ, ਖੜਕੇ ਰਾਹ ਦੇਖਾਂ ਤੇਰਾ, ਛੱਡ ਕੇ ਕਬੀਲਾ ਵੇ, ਝੋਕ ਮੇਰੇ ਮਾਹੀ ਵਾਲੀ। ਇਹਦਾ ਇਹ ਫਲੋ ਹੁੰਦਾ ਅਤੇ ਇਹ ਸਾਡੇ ਫੋਕ ਦੇ ਵਿੱਚ ਵੀ, ਸਾਡੇ ਲੋਕ ਸੰਗੀਤ ਦੇ ਵਿੱਚ ਵੀ ਝੋਕ ਮਿਲਦੀ ਆ। ਇਹ 23 ਮਾਤਰਾ ਦਾ ਛੰਦ ਅਤੇ ਇਹਦਾ ਬੈਲੈਂਸ ਹੈ 12:11, ਜਾਂ ਜੇ 26 ਹੋਵੇ ਤਾਂ ਹੁੰਦਾ 14:12। Thank you.